ਗੁਰਦਾਸਪੁਰ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਚ ਹਾਲਾਤ ਉਸ ਸਮੇਂ ਤਣਾਪੂਰਨ ਹੋ ਗਏ ਜਦੋਂ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿਚਕਾਰ ਝੜਪ ਹੋ ਗਈ ਤੇ ਉਹਨਾਂ ਵੱਲੋਂ ਇੱਕ ਦੂਜੇ ਤੇ ਫਾਇਰਿੰਗ ਵੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਕੌਂਸਲਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪੱਠੇ ਤੇ ਬੈਠਾ ਸੀ ਕਿ ਮੌਜੂਦਾ ਕੌਂਸਲਰ ਨੇ ਆਪਣੇ ਸਾਥੀਆਂ ਨਾਲ ਆ ਕੇ ਉਸ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਦੱਸਿਆ ਕਿ ਮੇਰੇ ਪੱਠੇ ਉੱਤੇ ਕੰਮ ਕਰ ਰਹੀ ਲੇਬਰ ਨੇ ਮੇਰੀ ਜਾਨ ਬਚਾਈ, ਜਿਸ 'ਚ ਕੰਮ ਕਰਦੇ ਇੱਕ ਲੜਕੇ ਦੇ ਵੀ ਸੱਟਾਂ ਲੱਗੀਆਂ ਨੇ। ਉਹਨਾਂ ਕਿਹਾ ਕਿ ਇਹ ਰੰਜਿਸ਼ ਦੇ ਚਲਦਿਆਂ ਹਮਲਾ ਕੀਤਾ ਗਿਆ ਹੈ, ਇਸ ਲਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਮੈਂ ਰੋਜ਼ ਦੀ ਤਰ੍ਹਾਂ ਆਪਣੇ ਪੱਠੇ 'ਤੇ ਬੈਠਾ ਸੀ, ਤਕਰੀਬਨ 2:15-2:30 ਵਜੇ ਦਾ ਟਾਈਮ ਸੀ। ਨਗਰ ਕੌਂਸਲ ਦਾ ਮੌਜੂਦਾ ਪ੍ਰਧਾਨ ਨਵਦੀਪ ਸਿੰਘ ਪੰਨੂ ਆਪਣੇ ਸਾਥੀਆਂ ਸਮੇਤ ਗਾਲਾਂ ਕੱਢਦਾ ਹੋਇਆ ਮੇਰੇ ਪੱਠੇ 'ਤੇ ਆਇਆ। ਪੱਠੇ ਦੇ ਅੰਦਰ ਦਾਖਲ ਹੋ ਕੇ ਸਿੱਧਾ ਮੇਰੇ 'ਤੇ ਹਮਲਾ ਕਰਤਾ, ਮੇਰੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਆਪ ਪਰੇਸ਼ਾਨ ਦੀ ਲੇਬਰ ਸਾਰੀ ਇਕੱਠੀ ਹੋਈ, ਮੇਰੇ 'ਤੇ ਇਹਨੇ ਫਾਇਰ ਕੀਤਾ, 1, 2, 3 ਜਾਂ 4 ਫਾਇਰ ਕੀਤੇ। ਇੱਕ ਫਾਇਰ ਸਚਿਨ ਕੁਮਾਰ ਕਾਲੀਆ ਨੇ ਵੀ ਕੀਤਾ। ਅੰਮ੍ਰਿਤਪਾਲ ਭਿੰਡਰ ਨੇ ਮੇਰੀ ਗੱਡੀ 'ਤੇ ਡਾਂਟ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਲੇਬਰ ਵਾਲਿਆਂ ਨੇ ਮੈਨੂੰ ਇਕੱਠੇ ਹੋ ਕੇ ਅਤੇ ਮੇਰੀ ਜਾਨ ਬਚਾਈ। ਮੈਨੂੰ ਤਾਂ ਇੰਝ ਲੱਗਦਾ ਸੀ ਜਿੱਦਾਂ ਇਹ ਮੈਨੂੰ ਮਾਰ ਕੇ ਹੀ ਆਪਣੇ ਵੱਲੋਂ ਸੁੱਟ ਗਏ ਨੇ। ਮੇਰੇ ਨਾਲ ਉੱਥੇ ਪੱਟੇ 'ਤੇ ਇੱਕ ਮੁੰਡਾ ਹਰਪ੍ਰੀਤ ਸਿੰਘ, ਸਾਨੂੰ ਵੀਰ ਸਿੰਘ ਬੇਟਾ ਸੀ, ਉਹਦੇ ਇਹਨਾਂ ਨੇ ਸੱਟਾਂ ਲਾਈਆਂ। ਇਹਨਾਂ ਨੇ ਤਕਰੀਬਨ 4-5 ਫਾਇਰ ਕੀਤੇ, 2-3 ਜਾਣੇ ਨੇ, ਜਿਹਦੇ 'ਚ ਨਵਦੀਪ ਪੰਨੂ ਨੇ ਮੇਰੇ ਫਾਇਰਿੰਗ ਕੀਤੀ, ਮੇਰੇ 'ਤੇ ਸਚਿਨ ਕੁਮਾਰ ਕਾਲੀ ਨੇ ਕੀਤੀ, ਅਤੇ ਜਿੰਦਾ ਆਪਣਾ 2 ਕਾਰਤੂਸ ਜਾਂ 3 ਕਾਰਤੂਸ ਪੁਲਿਸ ਪ੍ਰਸ਼ਾਸਨ ਨੇ ਬਰਾਮਦ ਕਰ ਲਏ ਨੇ। ਇਹ ਇਹਨਾਂ ਦੀ ਆਪਣੀ ਸੋਚ ਹੋਈ ਕਿ ਅਸੀਂ ਵੀ 2-3 ਵਾਰੀ ਮੇਰੇ ਫਾਦਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਰਹੇ ਨੇ, ਮੈਂ ਵੀ MC ਰਹਿ ਚੁੱਕਾ। ਮੈਂ ਆਪ ਹੈਰਾਨ ਹਾਂ ਵੀ ਅੱਗੇ ਕਦੀ ਇੱਦਾਂ ਦੀ ਕਦੀ ਵੀ ਜ਼ਿੰਦਗੀ 'ਚ ਲੜਾਈ ਨਹੀਂ ਹੋਈ, ਪਰ ਇਹਨਾਂ ਨੇ ਐਤਕੀ ਇਹ ਪਤਨ ਕਿਹੜੀ ਪ੍ਰੀਤ ਰੀਤ ਬਣਾ ਲਈ ਮੇਰੇ ਪੱਟੇ 'ਤੇ, ਮੇਰੇ 'ਤੇ ਆ ਕੇ ਸਿੱਧਾ ਡਾਇਰੈਕਟ ਗੋਲੀਆਂ ਨਾਲ ਹਮਲਾ ਕਰਤਾ ਅਤੇ ਸਿੱਧਾ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਕੋਈ ਦੱਸ ਸਕਦੇ ਨੇ ਜਿਹੜਾ ਸਿੱਧੀਆਂ ਗੋਲੀਆਂ ਚਲਾਈਆਂ? ਇੱਦਾਂ ਦੇ ਕਦੀ ਵੀ ਨਹੀਂ ਕੋਈ ਹੁੰਦਾ। ਹਾਰ ਜਿੱਤ ਇੱਕ ਅਲੱਗ ਗੱਲ ਆ, ਵੱਡੇ ਵੱਡੇ ਲੀਡਰ ਹਾਰਦੇ ਜਿੱਤਦੇ ਨੇ, ਪਰ ਇਹਦਾ ਮਤਲਬ ਇਹ ਥੋੜ੍ਹੀ ਵੀ ਕਿਸੇ 'ਤੇ ਕੋਈ ਗੋਲੀਆਂ ਚਲਾ ਕੇ ਸਿੱਧੀ ਨਾਲੇ ਜਾਨੋ ਮਾਰਦੀਆਂ ਧਮਕੇ ਦਿੱਤੀਆਂ ਨਾਲੇ ਸਿੱਧੇ ਭੱਠਿਆਂ 'ਤੇ ਆ ਕੇ ਫਾਇਰਿੰਗ ਕੀਤੀ ਜਾਵੇ। ਨਹੀਂ ਤਾਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਭਾਰਤੀ ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਇੱਥੇ 307 ਦਾ ਪਰਚਾ ਕੀਤਾ ਜਾਵੇ ਅਤੇ ਇਹਨਾਂ ਨੂੰ ਫੜ ਕੇ ਅਰੈਸਟ ਕੀਤਾ ਜਾਵੇ। ਜੇਕਰ ਕੋਈ ਇਸ ਕੰਮ ਵਿੱਚ ਕੋਈ ਪੁਲਿਸ ਢਿੱਲਾ, ਪ੍ਰਸ਼ਾਸਨ ਕੋਈ ਢਿੱਲ ਦਿਖਾਉਂਦੀ ਆ, ਤੇ ਆਪਾਂ ਮਿੱਥੇ ਸਮੇਂ ਲਈ ਧਰਨਾ ਦੇਵਾਂਗੇ, ਰੋਡ ਜਾਮ ਕਰਾਂਗੇ। ਉੱਥੇ ਹੀ ਦੂਜੇ ਪਾਸੇ ਮੌਜੂਦਾ ਕੌਂਸਲਰ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ ਤੋਂ ਵਾਪਿਸ ਆ ਰਿਹਾ ਸੀ ਤਾਂ ਰਸਤੇ 'ਚ ਸਾਬਕਾ ਕੌਂਸਲਰ ਨੇ ਰੋਕ ਕੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸਾਬਕਾ ਕੌਂਸਲਰ ਤੇ ਉਸਦੇ ਸਾਥੀਆਂ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਮੈਂ ਹਰਚੋਵਾਲ ਵੱਲੋਂ ਆ ਰਿਹਾ ਸੀ, ਰਸਤੇ ਦੇ ਵਿੱਚ ਆਪਣੇ ਨਿੱਜੀ ਕਿਸੇ ਕੰਮ ਤੋਂ ਆ ਰਿਹਾ। ਰਸਤੇ ਦੇ ਵਿੱਚ ਭੱਲਾ ਪਰਿਵਾਰ ਦਾ ਜਿਹੜਾ ਭੱਠਾ ਆ ਮਾੜੀ ਪੰਨੂਆਂ ਵਿਖੇ, ਉੱਥੇ 100-150 ਬੰਦਾ ਲੇਬਰ ਦਾ ਔਰ ਸਮੇਤ ਜਿਹੜਾ 2.5 ਫੁੱਟ ਦਾ ਜਿਹੜਾ ਇੱਕ ਨਵਾਂ ਭੱਲਾ ਪਰਿਵਾਰ ਦਾ ਗੁੰਡਾ, ਉਹਦੇ ਵੱਲੋਂ ਹੱਥ ਦੇ ਕੇ ਮੈਨੂੰ ਰੋਕਿਆ ਗਿਆ ਔਰ 150-200 ਬੰਦੇ ਵੱਲੋਂ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਔਰ ਮੇਰੇ ਗੱਡੀ 'ਤੇ ਵੀ ਲੱਗੀਆਂ ਨੇ। ਉਹਦੇ ਤੋਂ ਬਾਅਦ ਮੇਰੇ 3-4 ਬੰਦਿਆਂ 'ਤੇ ਵੀ ਸੱਟਾਂ ਲੱਗੀਆਂ, ਪਥਰਾਅ ਕੀਤੇ ਗਏ। ਇੱਕ ਮੁੰਡਾ ਇਹਨਾਂ ਦਾ ਕੋਈ ਡਰਾਈਵਰ, ਇੱਕੋ ਦਾਤਰ ਸੀ, ਇੱਕੋ ਕਿਰਪਾਨ ਸੀਗਾ, ਔਰ ਇਹਨਾਂ ਨੇ ਸਾਡੇ 5 ਬੰਦਿਆਂ ਦੇ ਸੱਟਾਂ ਵੀ ਲੱਗੀਆਂ ਔਰ ਫਿਰ ਇਹਨਾਂ ਵੱਲੋਂ ਜਿਹੜੀ ਆ ਫਾਇਰਿੰਗ ਕੀਤੀ ਗਈ। ਮੇਰੇ ਵੱਲੋਂ ਫਾਇਰਿੰਗ ਮੈਂ ਜ਼ਰੂਰ ਕੀਤੀ ਗਈ, ਇਸ ਗੱਲ ਤੋਂ ਮੈਂ ਬਿਲਕੁਲ ਨਹੀਂ ਮੁੱਕਰਦਾ, ਪਰ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਆ ਮੈਨੂੰ ਉਹ ਚਲਾਉਣੀ ਪਈ, ਅਦਰਵਾਈਜ਼ 100-150 ਬੰਦੇ ਅੱਗੇ 5 ਬੰਦੇ ਕੀ ਕਰ ਸਕਦੇ ਨੇ। ਇਸ ਲਈ ਇਹਨਾਂ ਵੱਲੋਂ ਇਲੈਕਸ਼ਨ ਜਿਹੜੀ ਆ ਤਾਜ਼ੀ ਹੋ ਕੇ ਹਟੀ, ਉਹ ਇਲੈਕਸ਼ਨ ਦੇ ਹਾਰਨ ਦਾ ਕਾਰਨ ਜਿਹੜਾ ਉਹ ਇਹ ਮੁੰਡਾ ਬਰਦਾਸ਼ਤ ਨਹੀਂ ਕਰ ਰਿਹਾ ਔਰ ਉਹ ਹਾਰਨ ਦੇ ਕਾਰਨ ਕਰਕੇ ਰੰਜਸ਼ਬਾਜ਼ੀ ਦੇ ਨਾਲ ਜਿਹੜੀ ਆ ਝਗੜਾ ਹੋਇਆ। ਜਿਹੜਾ ਤੁਸੀਂ ਆਏ ਨੇ ਪਲੈਨਿੰਗ ਸੀ ਪਹਿਲਾਂ ਜੀ? ਅਗਰ ਪਲੈਨਿੰਗ ਸੀ ਤਾਂ ਹੀ 100-150 ਬੰਦਾ ਪਹਿਲਾਂ ਇਕੱਠਾ ਸੀਗਾ, ਨਹੀਂ ਤਾਂ ਇੱਦਾਂ ਕਦੇ ਵੀ ਨਹੀਂ ਹੋ ਸਕਦਾ। ਤੁਸੀਂ ਉੱਥੇ ਮੌਕਾ ਰੋੜਿਆਂ ਦਾ ਜਾਇਜ਼ਾ ਲੈ ਸਕਦੇ ਹੋ, ਹਾਲਾਤ ਦੇਖ ਸਕਦੇ ਹੋ ਉੱਥੇ ਕੀ ਬਣੇ ਹੋਏ ਨੇ। ਮੰਗ ਕੀ ਤੁਹਾਡੀ? ਮੈਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਜੋ ਸਹੀ ਆ ਇਨਕੁਆਇਰੀ ਕਰਕੇ, ਅਗਰ ਲੱਗਦਾ ਮੇਰਾ ਕੋਈ ਦੋਸ਼ ਆ ਤਾਂ ਮੇਰੇ 'ਤੇ ਪਰਚਾ ਦਿੱਤਾ ਜਾਵੇ। ਅਗਰ ਜੋ ਇਨਕੁਆਇਰੀ ਕਰਕੇ ਸਹੀ ਬਣਦਾ ਆ, 100-150 ਬੰਦੇ ਨੇ ਹਮਲਾ ਕੀਤਾ ਹੋਇਆ, ਇਹਨਾਂ 'ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ। ਉੱਥੇ ਸਾਰੇ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕਰ ਰਹੇ ਹਾਂ ਤਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਇਨਵੈਸਟੀਗੇਸ਼ਨ ਕੀ ਕਾਰਨ ਕੀ ਅਸਲੀ ਚੀਜ਼ ਗੋਲੀ ਚੱਲਣ ਦਾ ਕਾਰਨ? ਦੇਖੋ ਇਹਦੇ ਵਿੱਚ ਜੋ ਵੀ ਅਸੀਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਤੇ ਕਿੰਨਾ ਉੱਥੇ ਗੋਲੀ ਚੱਲੀ ਗਈ, ਉਹ ਚਲਾਉਣ ਵਾਲੇ ਸੀ? ਸੋਨੂੰ ਭੱਲਾ ਜਿਹਨੇ ਬਿਆਨ ਕੀਤਾ ਕਿ ਮੇਰੇ 'ਤੇ ਨਵਦੀਪ ਪੰਨੂ ਅਤੇ ਉਹਦੇ ਬੰਦਿਆਂ ਨੇ ਗੋਲੀ ਚਲਾਈ, ਉਹਨੂੰ ਬਿਆਨ ਕੀਤਾ, ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਇਨਵੈਸਟੀਗੇਸ਼ਨ ਵਿੱਚ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ। ਗੋਲੀ ਦਾ ਪਾਸਪੋਰਟ ਮਿਲਿਆ?
ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ, ਆਪਾਂ ਇਨਵੈਸਟੀਗੇਸ਼ਨ। ਗੁਰਦਾਸਪੁਰ ਤੋਂ ਰੋਹਿਤ ਮਹਾਜਨ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठगां तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मियां रफीक मोहम्मद मोबाइल 84374 94 46 84374 94 648। पंडित राधे शर्मा चमत्कार हुंदे वेखो अपनी अखां दे सामने 24 घंटे विच पाओ हर परेशानी दा हल। मुसलमानी रूहानी ते काले इलम दे बादशाह मेरे कीते नूं मेरे तो इलावा कोई कट नहीं सकदा। मोड़ी वशीकरण करवाओ मनचाह प्यार पाओ लव मैरिज सौतन दुश्मन तो छुटकारा तलाक केस जमीनी झगड़ा नौकरी कारोबार च रुकावट विदेश यात्रा लॉटरी तो तुहानूं मिलेगा जां नहीं सच्चाई जानो। लॉटरी नंबर पाओ 649 होवे जां लोटो मैक्स तुहाडी हर गल 100% गुप्त रखी जावेगी। प्यार विच धोखा खाए प्रेमी प्रेमिका इक बार जरूर मिलो मैं तुहाडा प्यार टुटन नहीं देवांगा। मोबाइल 98 788 045 85 588 38 617।